कुछ देर बाद ही सुखपाल सिंह खहरा का बठिंडा के थर्मल स्टेडियम च शक्ति प्रदर्शन होगा। वॉलंटियर्स जे ने पंजाब के वख वख जिलों तो आना शुरू हो गए हैं। ये शक्ति प्रदर्शन सुखपाल सिंह खहरा की अपनी ही पार्टी अपनी ही हाईकमांड होगा क्योंकि उन्होंने लीडर ऑफ ओपोजिशन के अहदे तो पार्टी ने ट्वीट करके हटा दिता। हुण जिहड़ा खहरा सुखपाल सिंह खहरा शक्ति प्रदर्शन कर रहे हैं इस वेले साडे नाल सुखपाल सिंह खहरा के बेटे महताब खहरा साडे नाल मौजूद ने। महताब जी की लग रहा है कौन जितेगा, तुहाडे पिता जित रहे हैं या हाईकमांड जितेगी? अज मेरा मानना यह जी है कि इस सारी घटना तो बाद पार्टी जो है मजबूत निकलूगी तो पार्टी ही जित के अगे बाहर आऊगी जी। हाईकमांड कह रही है कि इस जो भी इस पार्टी आएगा इस कन्वेंशन आएगा वो एंटी पार्टी एक्टिविटी होएगी। तुसी कह रहे हो पार्टी मजबूत होएगी, उन्होंने तो दो फाड़ करती ना पार्टी हाईकमांड ने। बिल्कुल जी, जिदा तुसी कहा कि उन्होंने की है, लेकिन मैनू पूरा आस यह है जी कि अपनी धरती से अपने पंजाब के सूबे में जब कोई पंजाबी लोग इकट्ठ करना चाहते हैं उस तो और अपनी पार्टी नू होर मजबूत करना चाहते हैं ये किसी भी पार्टी की हाईकमांड का कोई एतराज़ होना नहीं चाहिए। सो ये अंदर उन्होंने डबल स्टैंडर्ड दिखते हैं जो कहते हैं कि विरोधी कोई एंटी पार्टी कोई काम है। सो एंटी पार्टी स्टेटमेंट्स आई बिलीव पार्टी की लीडरशिप तो आ रही हैं जी। ਤੁਹਾਨੂੰ ਤੁਸੀਂ ਕੀ ਆਪਣੇ ਫਾਦਰ ਨੂੰ ਮੈਸੇਜ ਦਿੱਤਾ ਵੇ ਕਿਸ ਤਰ੍ਹਾਂ ਦਾ ਬਿਹੇਵੀਅਰ ਅੱਜ ਉਹਨਾਂ ਦਾ ਰਹੇ ਕੀ ਡਿਸੀਜ਼ਨ ਡਿਸੀਜ਼ਨ ਤਾਂ ਤੁਸੀਂ ਨਹੀਂ ਦੱਸੋਗੇ ਪਰ ਤੁਸੀਂ ਆਪਣੇ ਫਾਦਰ ਨੂੰ ਕੀ ਮੋਟੀਵੇਸ਼ਨ ਦਿੱਤੀ? ਨਹੀਂ ਮੈਂ ਤਾਂ ਉਹਨਾਂ ਨੂੰ ਕੁਛ ਨਹੀਂ ਦੱਸ ਸਕਦਾ ਜੀ। ਉਹਨਾਂ ਨੇ ਮੇਰੇ ਤੋਂ ਕਈ ਸਾਲ ਜ਼ਿਆਦਾ ਔਰ ਲੋਕਾਂ ਦੇ ਵਿੱਚ ਵਿਚਰਨਾ ਉਹਨਾਂ ਦਾ ਤਜਰਬਾ ਬਹੁਤ ਜ਼ਿਆਦਾ। ਮੈਂ ਉਹਨਾਂ ਦੇ ਨਾਲ ਹਾਂ ਜੀ, ਅਸੀਂ ਡਟ ਕੇ ਖੜਾਂਗੇ, ਅਸੀਂ ਪੰਜਾਬ ਦੇ ਨਾਲ ਹੈ, ਪੰਜਾਬ ਦੇ ਲੋਕਾਂ ਨਾਲ ਖੜਾਂਗੇ। ਜੇਕਰ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਕਹਿ ਰਹੀ ਹੈ ਕਿ ਐਂਟੀ ਪਾਰਟੀ ਐਕਟੀਵਿਟੀ ਹੋਏਗੀ, ਜ਼ਾਹਿਰ ਜੀ ਗੱਲ ਹੈ ਜੇਕਰ ਹੁਣ ਅੱਜ ਵਲੰਟੀਅਰਸ ਜਿਹੜੇ ਜਾਂਦੇ ਨੇ ਜਾਂ ਜਿਹੜੇ MLA ਜਾਂਦੇ ਨੇ ਪਾਰਟੀ ਫਿਰ ਉਹਨਾਂ ਦੇ ਖਿਲਾਫ਼ ਕਾਰਵਾਈ ਵੀ ਜ਼ਰੂਰ ਕਰੇਗੀ ਜੇ ਤੁਹਾਡੇ ਫਾਦਰ ਦੇ ਖਿਲਾਫ਼ ਕਾਰਵਾਈ ਹੁੰਦੀ ਹੈ? ਫਿਰ ਹੋਜੂਗੀ ਸਰ, ਦੇਖੀ ਜਾਊਗੀ ਸਰ। ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਹਾਂ, ਪੰਜਾਬ ਦੇ ਆਪਣੇ ਸੂਬੇ ਦੇ ਨਾਲ ਆਪਣੇ ਕੌਮ ਦੇ ਨਾਲ ਖੜੇ ਹਾਂ। ਉਸ ਤੋਂ ਉੱਪਰ ਆਈ ਥਿੰਕ ਕੋਈ ਹੈ ਨਹੀਂ, ਕਿਸੇ ਵੀ ਇੱਕ ਗੈਰਤਮੰਦ ਪੰਜਾਬੀ ਲਈ ਇਸ ਤੋਂ ਵੱਡੀ ਚੀਜ਼ ਕੋਈ ਹੋ ਹੀ ਨਹੀਂ ਸਕਦੀ ਜੀ। ਤੁਸੀਂ ਆਪਣੇ ਫਾਦਰ ਨੂੰ ਕਹੋਗੇ ਫਿਰ ਅਲੱਗ ਰਸਤਾ ਬਣਾ ਲੈਣ? ਉਹ ਹਾਈਪੋਥੈਟੀਕਲ ਸਿਚੁਏਸ਼ਨ ਹੈ ਜੀ, ਜਦ ਉਹ ਮੋੜ ਆਊਗਾ ਤਦ ਆਪਾਂ ਦੇਖਾਂਗੇ। ਇਸ ਹਾਈਪੋਥੈਟੀਕਲ ਸਿਚੁਏਸ਼ਨ ਦੇ ਵਿੱਚ ਗੱਲਾਂ ਇਹੋ ਜਿਹੀ ਵੀ ਆਈਆਂ ਕਿ ਬਿਕਰਮ ਮਜੀਠੀਆ ਨਾਲ ਸੁਖਪਾਲ ਸਿੰਘ ਖਹਿਰਾ ਦੀ ਮੁਲਾਕਾਤ ਹੋਈ, ਉਹਨਾਂ ਦੇ ਬੇਟੇ ਜਦੋਂ ਇਸ ਤਰ੍ਹਾਂ ਦੀ ਖਬਰਾਂ ਦੇਖ ਰਹੇ ਨੇ, ਹਾਲਾਂਕਿ ਸੁਖਪਾਲ ਸਿੰਘ ਖਹਿਰਾ ਨੇ ਤਾਂ ਡਿਨਾਈ ਕਰਤਾ, ਪਰ ਜਦੋਂ ਬੇਟੇ ਉਹਨਾਂ ਦੇ ਦੇਖ ਰਹੇ ਨੇ ਇਹੋ ਜਿਹੀ ਖਬਰਾਂ, ਫਿਰ ਉਹਨਾਂ ਦਾ ਸਟੈਂਡ ਕੀ ਰਹਿੰਦਾ? ਨਹੀਂ ਬਿਲਕੁਲ, ਜੇ ਉਹਨਾਂ ਨੇ ਤੁਸੀਂ ਜੇ ਉਹਨਾਂ ਨੇ ਖਹਿਰਾ ਸਾਹਿਬ ਨੇ ਆਪ ਹੀ ਮਨਾ ਕਰ ਦਿੱਤਾ ਫਿਰ ਤਾਂ ਮੈਨੂੰ ਪੁੱਛਣ ਦਾ ਤਾਂ ਕੋਈ ਗੱਲ ਹੀ ਨਹੀਂ ਬਣਦੀ। ਇੱਕ ਖਬਰ ਇਹ ਵੀ ਆਈ ਕਿ RSS ਔਰ BJP ਵੀ ਕਰਨਾ ਚਾਹੁੰਦੀ ਹੈ, ਸੋ ਇਹ ਤਾਂ ਅਫਵਾਹਾਂ ਹੈ ਜੀ। ਇੱਕ ਤੁਹਾਡੇ ਐਜ਼ ਅ ਸਨ ਤੁਹਾਡੀ ਇੱਕ ਹੋਏਗੀ, ਤੁਸੀਂ ਵੀ ਇੱਕ ਉਮੀਦ ਲਾ ਕੇ ਸੋਚੋਗੇ ਮੇਰੇ ਫਾਦਰ ਪੋਲੀਟੀਕਲ ਕਰੀਅਰ 'ਚ ਇੱਥੇ ਤੱਕ ਪਹੁੰਚਣ ਜਾਂ ਇਸ ਤਰ੍ਹਾਂ ਚੱਲਣ। ਜੇਕਰ ਹੁਣ ਜੋ ਸਿਚੁਏਸ਼ਨ ਆਪਾਂ ਦੇਖ ਰਹੇ ਹਾਂ, ਜੇ ਐਂਟੀ ਪਾਰਟੀ ਐਕਟੀਵਿਟੀ ਹਾਈਕਮਾਂਡ ਕਹਿ ਰਿਹਾ, ਤੁਹਾਡੇ ਫਾਦਰ ਕਹਿ ਰਹੇ ਨੇ ਕਿ ਅਸੀਂ ਅਲੱਗ ਇੱਕ ਦਿਖਾਵਾਂਗੇ ਸ਼ਕਤੀ ਪ੍ਰਦਰਸ਼ਨ, ਤਾਂ ਇੱਕ ਹੈ ਹੀ ਹੈ ਕਿ ਆਪਾਂ ਦਿਖਾਉਂਦੇ ਹਾਂ ਕਿ ਪੰਜਾਬ ਦਾ ਡਿਸੀਜ਼ਨ ਪੰਜਾਬੀਆਂ ਵੱਲੋਂ ਹੀ ਹੋਵੇ। ਅਗਲਾ ਡਿਸੀਜ਼ਨ ਤੁਸੀਂ ਕਿਹੜੇ ਡਿਸੀਜ਼ਨ ਇਹੋ ਜਿਹੇ ਹੋਣਗੇ ਕਿ ਜਿਹਦੇ ਤੋਂ ਤੁਸੀਂ ਰੋਕੋਗੇ, ਜੇਕਰ ਜਿਸ ਤਰ੍ਹਾਂ ਗੱਲ ਅਕਾਲੀ ਦਲ ਦੀ ਉੱਠੀ, ਕੋਈ ਇਹੋ ਜਿਹੇ ਡਿਸੀਜ਼ਨ ਤੁਸੀਂ ਵੀ ਸੋਚੇ ਹੋਣਗੇ, ਉਮੀਦਾਂ ਲਾਈਆਂ ਹੋਣਗੀਆਂ ਕਿ ਮੈਂ ਆਪਣੇ ਫਾਦਰ ਨੂੰ ਇਹ ਨਹੀਂ ਕਰਨ ਦੇਵਾਂਗਾ? ਨਹੀਂ ਐਸੇ ਨਹੀਂ ਜੀ, ਐਸੇ ਬਿਲਕੁਲ ਨਹੀਂ ਹੈ। ਮੇਰੇ ਫਾਦਰ ਜੋ ਵੀ ਸੋਚ ਕੋਈ ਡਿਸੀਜਨ ਲੈਂਦੇ ਆ ਉਹ ਆਊਟ ਆਫ ਐਕਸਪੀਰੀਅੰਸ ਲੈਂਦੇ ਆ, ਤਜਰਬੇ ਦੇ ਵਿੱਚੋਂ ਸੋਚ ਕੇ, ਔਰ ਬਾਕੀ ਜੋ ਕੋਈ ਵੀ ਡਿਸੀਜਨ ਲੈਂਦੇ ਮੈਂ ਨਾਲ ਰਹੂੰਗਾ ਜੀ ਉਹਨਾਂ ਦੇ। ਬਿਲਕੁਲ, ਤੁਹਾਡੇ ਫਾਦਰ ਹਾਲਾਂਕਿ ਤੁਹਾਡਾ ਪਰਿਵਾਰ ਪੋਲੀਟੀਕਲ ਰਿਹਾ ਪਿੱਛੋਂ, ਪਰ ਜਿਸ ਤਰ੍ਹਾਂ ਤੁਹਾਡੇ ਫਾਦਰ MLA ਬਣੇ, ਉਸ ਤੋਂ ਬਾਅਦ ਲੀਡਰ ਆਫ ਓਪੋਜੀਸ਼ਨ, ਕਾਂਗਰਸ ਤੋਂ ਆਮ ਆਦਮੀ ਪਾਰਟੀ 'ਚ ਆਏ, ਇੱਕ ਵਧੀਆ ਵੋਟ ਬੈਂਕ ਉਹਨਾਂ ਨੇ, ਇੱਕ ਵਧੀਆ ਜਿਹੜਾ ਸਟਾਰ ਪ੍ਰਚਾਰਕ ਬਣੇ ਪੰਜਾਬ 'ਚ, ਮਹਿਤਾਬ ਖਹਿਰਾ ਆਪਣੇ ਫਾਦਰ ਨੂੰ ਪੋਲੀਟੀਕਲ ਐਜ਼ ਏ ਪੋਲੀਟੀਕਲ ਕਰੀਅਰ 'ਚ ਉਹਨਾਂ ਦੇ ਕਿਸ ਪੋਜੀਸ਼ਨ ਤੱਕ ਦੇਖਣਾ ਚਾਹੁੰਦੇ ਨੇ? ਮੈਂ ਤਾਂ ਬਿਲਕੁਲ ਟੌਪ ਤੱਕ ਦੇਖਣਾ ਚਾਹੁੰਦਾ। ਪੋਲੀਟੀਕਲ ਗੱਲ ਨਾ ਕਰੋ, ਸਪਨਾ ਦੇਖੋ। ਬਿਲਕੁਲ ਜੀ, ਮੈਂ ਬਿਕੋਜ਼ ਉਹਨਾਂ ਦਾ ਬੇਟਾ, ਮੈਂ ਸ਼ਾਇਦ ਬਾਇਸ ਗੱਲ ਕਰੂੰਗਾ, ਲੇਕਿਨ ਮੈਂ ਦੇਖਦਾ ਕਿ ਮੇਰੇ ਫਾਦਰ ਵਿੱਚ ਉਹ ਕੁਆਲਿਟੀਜ਼ ਹੈ, ਉਹ ਗੁਣ ਹੈ ਜੋ ਸਿਰਫ ਟੌਪ ਦੇ ਬੰਦੇ ਕੋਲ ਹੋ ਸਕਦੇ। ਸੋ ਜਿੱਥੇ ਤੱਕ ਤੁਸੀਂ ਜ਼ਾਹਿਰ ਕੀ ਲਈਏ CM ਪੰਜਾਬ, ਤੁਸੀਂ ਸੋਚਦੇ ਹੋ ਕਿ ਤੁਹਾਡਾ ਸੁਪਨਾ ਹੋਏਗਾ ਤੁਹਾਡੇ ਫਾਦਰ ਇੱਕ ਦਿਨ CM ਪੰਜਾਬ ਵੀ ਹੋਣ? ਨਹੀਂ, ਮੇਰਾ ਸੁਪਨਾ ਤਾਂ ਬਿਲਕੁਲ ਹੈ ਜੀ, ਆਪਣੇ ਫਾਦਰ ਨੂੰ ਕੌਣ ਨਹੀਂ ਦੇਖਣਾ ਚਾਹੁੰਦਾ ਟੌਪ 'ਤੇ। ਉਹਨਾਂ ਦਾ ਸੁਪਨਾ ਸ਼ਾਇਦ ਮੇਰੇ ਤੋਂ ਥੋੜ੍ਹਾ ਫਰਕ ਹੈ, ਇਨ ਦਾ ਸੈਂਸ ਕਿ ਉਹ ਪੰਜਾਬ ਦਾ ਭਲਾ ਚਾਹੁੰਦੇ। ਉਹਨਾਂ ਨੇ ਮੇਰੇ ਤੋਂ ਬਹੁਤ ਜ਼ਿਆਦਾ ਉਹ ਲੋਕਾਂ 'ਚ ਵਿਚਰੇ ਹੈ ਜੀ, ਪਿਛਲੇ ਆਪਾਂ ਜੋ ਸੁਖਪਾਲ ਖਹਿਰਾ ਨੂੰ ਦੇਖਿਆ ਉਹ ਪਿਛਲੇ 5 ਸਾਲਾਂ 'ਚ ਦੇਖਿਆ, ਲੇਕਿਨ ਜੋ ਮੈਂ ਆਪਣੇ ਫਾਦਰ ਨੂੰ ਦੇਖਿਆ ਜਦੋਂ ਜੈਦ ਕਰਦੇ ਉਹ 1997 ਦੇ ਕਰ ਰਹੇ ਜੀ। ਫਿਰ ਕਿਉਂ ਮਹਿਤਾਬ ਖਹਿਰਾ ਜੀ, ਕਿਉਂ ਤੁਹਾਨੂੰ ਕੀ ਲੱਗਦਾ ਕਿਉਂ ਇਸ ਤਰ੍ਹਾਂ ਹੋਇਆ? ਲੀਡਰ ਆਫ ਓਪੋਜੀਸ਼ਨ ਤੋਂ ਅਹੁਦੇ ਤੋਂ ਹਟਾ ਦਿੱਤਾ, ਇੱਕਦਮ ਹੀ ਟਵੀਟ ਕਰਕੇ ਹਟਾ ਦਿੱਤਾ, ਕਿੱਥੇ ਜ਼ਿਆਦਾ ਐਗਰੈਸਿਵਨੈਸ ਤਾਂ ਨਹੀਂ ਇਹਨਾਂ ਨੂੰ ਨੁਕਸਾਨ ਕਰ ਗਈ? ਨਹੀਂ, ਇਹਦੇ 'ਚ ਨੁਕਸਾਨ ਤਾਂ ਨਹੀਂ ਹੋਇਆ ਜੀ। ਅੱਜ ਪੂਰਾ ਪੰਜਾਬ ਇਕੱਠਾ ਹੋ ਰਿਹਾ ਆਮ ਆਦਮੀ ਪਾਰਟੀ ਦੇ ਸੁਖਪਾਲ ਖਹਿਰਾ ਦੇ ਨਾਲ ਦੇ MLAs ਦੇ ਸਾਹਮਣੇ, ਇੰਨੇ ਲੋਕ ਇਕੱਠੇ ਹੋ ਰਹੇ ਉਹਨਾਂ ਦੇ ਨਾਲ, ਸੋ ਨੁਕਸਾਨ ਤਾਂ ਕਿਤੇ ਵੀ ਨਹੀਂ ਨਾ ਹੋਇਆ ਜੀ। ਮਹਿਤਾਬ ਖਹਿਰਾ ਅਗਲੇ ਰਾਜਨੀਤੀ 'ਚ ਆਪਣੇ ਫਾਦਰ ਦਾ ਸਾਥ ਦੇਣਗੇ ਅੱਗੇ ਜਾ ਕੇ ਕਿ ਨਹੀਂ? ਮੈਂ ਹੁਣੇ ਵੀ ਦੇ ਰਿਹਾ ਜੀ। ਕਿਸੇ ਅੱਗੇ ਕੋਈ ਇਲੈਕਸ਼ਨ ਲੜੋਗੇ ਜਾਂ ਕਿਸ ਤਰ੍ਹਾਂ ਜਨਤਾ 'ਚ ਜਾਓਗੇ ਜਾਂ ਨਹੀਂ? ਅੱਜ ਤਾਂ ਤੁਸੀਂ ਸਟ੍ਰੈਟੇਜਿਸਟ 'ਚ ਸਾਥ ਦੇ ਰਹੇ ਹੋ। ਨਹੀਂ ਨਹੀਂ, ਹਜੇ ਜੀ ਮੈਂ ਆਪਣੀ ਪ੍ਰੈਕਟਿਸ ਕਰਦਾ ਹਾਈਕੋਰਟ ਵਿੱਚ, ਮੈਂ ਬਹੁਤ ਉਹ ਪ੍ਰੈਕਟਿਸ ਕਰਕੇ ਖੁਸ਼ ਹਾਂ। ਜਿੱਥੇ ਤੱਕ ਮੇਰੇ ਡੈਡ ਦਾ ਨਾਲ ਖੜੇ ਹੋਣ ਦਾ ਸਵਾਲ ਹੈ, ਉਹ ਤਾਂ ਮੈਂ ਟਿਲ ਦੀ ਵੈਰੀ ਐਂਡ ਤੱਕ ਕਰੂੰਗਾ ਜੀ।
ਧੰਨਵਾਦ। ਇਹ ਸਨ ਸੁਖਪਾਲ ਸਿੰਘ ਖਹਿਰਾ ਦੇ ਬੇਟੇ ਮਹਿਤਾਬ ਖਹਿਰਾ, ਜੋ ਕਹਿ ਰਹੇ ਨੇ ਕਿ ਅੱਜ ਜੋ ਹੈ ਪੰਜਾਬ ਦੀ ਆਵਾਜ਼ ਬੁਲੰਦ ਹੋਏਗੀ, ਅੱਜ ਪੰਜਾਬ ਉਹਨਾਂ ਦੇ ਪਿਤਾ ਨਾਲ ਖੜਾ ਹੈ। ਸੁਖਪਾਲ ਸਿੰਘ ਖਹਿਰਾ ਜਿਹੜਾ ਇੱਕ ਵਧੀਆ ਮੈਸੇਜ ਜਿਹੜਾ ਹਾਈਕਮਾਂਡ 'ਤੇ ਪੰਜਾਬ 'ਚ ਦੇਣਗੇ। ਕੈਮਰਾਮੈਨ ਵਰਿੰਦਰ ਦੇ ਨਾਲ ਰਿਮਾਂਸ਼ੂ ਗਾਬਾ, ਦੈਨਿਕ ਸਵੇਰਾ ਟੀਵੀ, ਬਠਿੰਡਾ।